ਆਪਣੀ ਸਕਰੀਨ ਤੇ ਜਿਸ ਵਿਅਕਤੀ ਨੂੰ ਤੁਸੀਂ ਵੇਖ ਰਹੇ ਹੋ ਉਹਨੇ ਮੋਗਾ ਦੇ ਪਿੰਡ ਧਲੇਕੇ ਦੇ ਮਹਿਲ ਸਿੰਘ ਮਹਿਤਾ ਉਮਰ ਹੈ 82 ਸਾਲ ਤੇ ਜੋਸ਼ ਕਿਸੇ ਵੀ ਨੌਜਵਾਨ ਨੂੰ ਮਾਤ ਪਾ ਦੇਵੇ। ਜਿੱਥੇ ਅੱਜ ਕੱਲ੍ਹ ਲੋਕਾਂ ਦਾ ਸਰੀਰ 60 ਸਾਲ ਤੇ ਪਹੁੰਚਦੇ ਹੀ ਜਵਾਬ ਦੇਣ ਲੱਗ ਜਾਂਦਾ ਹੈ, ਉੱਥੇ ਇੰਨੀ ਉਮਰ ਹੋਣ ਦੇ ਬਾਵਜੂਦ ਇਹ ਖੇਤਾਂ ਦਾ ਕੰਮ, ਟਰੈਕਟਰ ਚਲਾਉਣਾ, ਜਾਨਵਰਾਂ ਲਈ ਪੱਠੇ ਕੱਟਣਾ ਵਰਗੇ ਸਾਰੇ ਕੰਮ ਆਪਣੇ ਹੱਥੀਂ ਕਰਦੇ ਨੇ। ਕਿਸੇ ਵੀ ਕੰਮ ਤੋਂ ਪਿੱਛੇ ਨਹੀਂ ਹਟਦੇ, ਜਾਂ ਇੰਝ ਕਹਿ ਲਵੋ ਕਿ ਮਿਹਨਤ ਕਰਨ ਤੋਂ ਕਦੇ ਵੀ ਨਹੀਂ ਟਲਦੇ। ਜਿੱਥੇ ਅੱਜ ਦੀ ਪੀੜ੍ਹੀ ਪੀਜ਼ੇ, ਬਰਗਰਾਂ ਵਰਗੀ ਖੁਰਾਕ ਲੈਂਦੀ ਹੈ, ਇਹਨਾਂ ਦੀ ਖੁਰਾਕ ਵੀ ਕੋਈ ਜ਼ਿਆਦਾ ਨਹੀਂ, ਬਸ ਦੁੱਧ, ਦੇਸੀ ਘਿਓ, ਮੱਖਣ ਇਹਨਾਂ ਦੀ ਖੁਰਾਕ ਵਿੱਚ ਸ਼ਾਮਿਲ ਰਹਿੰਦੇ ਨੇ। ਬਿਜਲੀ ਮਹਿਕਮੇ ਤੋਂ ਰਿਟਾਇਰ ਹੋ ਚੁੱਕੇ ਨੇ ਅਤੇ ਕਰੀਬ 20 ਸਾਲ ਕਬੱਡੀ ਦੇ ਖਿਡਾਰੀ ਵੀ ਰਹੇ ਅਤੇ ਇਹਨਾਂ ਦੀ ਅਲਮਾਰੀ ਵਿੱਚ ਰੱਖੇ ਇਨਾਮ ਇਹਨਾਂ ਦੀ ਸਫਲਤਾ ਦੀ ਕਹਾਣੀ ਖੁਦ ਬੋਲ ਰਹੇ ਨੇ। ਅਤੇ ਬਾਬਾ ਜੀ ਦਾ ਖੁਦ ਕਹਿਣਾ ਹੈ ਕਿ ਸਰੀਰ ਨੂੰ ਜਿੰਨਾ ਹੋ ਸਕੇ ਉਨਾ ਵਾਹੋ ਤਾਂ ਕਿ ਇਹ ਚੱਲਦਾ ਰਹੇ। ਇਸ ਤੋਂ ਇਲਾਵਾ ਉਹਨਾਂ ਨੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦਾ ਵੀ ਸੰਦੇਸ਼ ਦਿੱਤਾ। ਬਾਬੂ, ਕਿੰਨੀ ਉਮਰ ਹੈ ਤੇ ਕਿੰਨਾ ਚਿਰ ਕਬੱਡੀ ਖੇਡੇ ਹੋ, ਤੂੰ ਕੀ ਕਹੋਗੀ? ਮੈਨੂੰ 82ਵਾਂ ਸਾਲ ਚੱਲ ਪਿਆ ਜੀ ਤੇ ਕਬੱਡੀ ਫਿਰ ਮੈਂ ਪਹਿਲਾਂ ਹੀ ਸ਼ੌਂਕ ਹੋ ਗਿਆ ਸੀ ਖੇਡਣ ਦਾ। 7ਵੀਂ 'ਚ ਹੀ ਅਤੇ ਖਾਲਸਾ ਸਕੂਲ 'ਚ ਪੜ੍ਹਦਾ ਸੀ। 9ਵੇਂ 'ਚ ਮੈਂ ਆਲ ਓਪਨ ਹੀ ਖੇਡਣ ਲੱਗ ਪਿਆ ਸੀਗਾ, ਆਲ ਓਪਨ ਮੈਂ 9ਵੇਂ 'ਚ ਸੀਗਾ ਅਤੇ ਬੇਸਕ ਅਤੇ ਕਾਲਜਾਂ ਦੇ ਮੈਚ ਸੀਗੇ ਅਤੇ ਬੇਸਕ ਵਾਲਾ ਇੱਕ ਭਾਈ ਕਹਿੰਦਾ ਤੂੰ ਯਾਰ ਸਾਡੇ 'ਚ ਖੇਡ, ਮੈਂ ਰੋਈ ਮੈਂ ਮਾੜਾ, ਮੈਂ ਇੱਥੋਂ ਨਹੀਂ ਖੇਡੇ। ਉਹ ਕਹਿੰਦੇ ਸਾਨੂੰ ਪਤਾ ਤੂੰ ਖੇਡ ਜਾਏਗਾ, ਮੈਂ ਜੀ ਤਗੜਾ ਖੇਡ ਗਿਆ ਅਤੇ 9ਵੀਂ 'ਚ ਬਸ ਉਹ ਹੌਸਲਾ ਵਧਿਆ ਅਤੇ ਫਿਰ ਚੱਕੀ ਫੱਟੇ ਗਏ ਜਿਸ ਨੂੰ ਜਾਂਦੇ ਸੀ। ਕਿੰਨੇ ਸਾਲ ਖੇਡੇ ਹੋ ਜੀ? ਖੇਡਾਂ ਮੈਂ 15-16 ਸਾਲ ਦੀ, ਕਿਉਂ ਮੇਰਾ ਗੋਡਾ ਨਹੀਂ ਨਿਕਲਦਾ ਤਾਂ ਭਾਵੇਂ ਹੁਣ ਵੀ ਖੇਡੀ ਜਾਂਦਾ ਮੈਂ। ਇਹ ਬਟਵਾਈ ਰਿਕਾਰਡ ਇੱਕ ਗੱਡੀ ਵਜੀ ਮੇਰਾ ਖੁੱਲ੍ਹਾ ਕਰੈਕ ਹੋਇਆ, ਇਹ ਮੈਨੂੰ ਐਕਸਰਸਾਈਜ਼ ਨਹੀਂ ਕਰਨ ਦਿੰਦਾ। ਉਤਲੀ ਉਹਦੀ ਗੱਲ ਇੰਨਾ ਕਦੇ ਵਾਹੀ ਫੜ ਲਈ ਪੱਠੇ ਕੁਤਲ ਲਈ ਕੁਛ ਕਰ ਲਿਆ, ਇਹ ਮਸਲ ਤਾਂ ਸੈੱਟ ਰਹੇ। ਇਨਾਮ ਵਗੈਰਾ ਵੀ ਮਿਲੇ ਹੋਣਗੇ ਜੀ? ਇਨਾਮ ਤਾਂ ਬਸ ਆਏ ਆ, ਰੁਮੀ 4 ਵਾਰੀ ਸਨਮਾਨਿਤ ਕੀਤਾ ਜੀ ਮੈਨੂੰ, ਹੈਂਜੀ ਮੈਂ ਉਹਨਾਂ ਦੀ ਟੀਮ 'ਚ ਖੇਡਦਾ ਹੁੰਦਾ ਸੀਗਾ। ਐਂ ਬਹੁਤ ਸਾਰੀ 11-11 ਸਫਾਈਆਂ ਕੰਬਲੀਆਂ ਅਤੇ 11,000 ਹੁਣ ਉੱਥੇ ਬਾਗੇ ਪ੍ਰਾਣੇ ਦਿੱਤਾ। 2 ਵਾਰੀ ਮੈਨੂੰ ਨਰੋਲੀ ਭਾਈ ਵਾਲਿਆਂ ਨੇ ਸਨਮਾਨਿਤ ਕੀਤਾ, ਸਨਮਾਨਿਤ ਬਹੁਤ ਥਾਵਾਂ 'ਤੇ ਕੀਤਾ, ਹੁਣ ਮੈਨੂੰ ਚੇਤਾ ਨੀਗਾ। ਮੇਨ ਵੱਡੇ ਮੈਚ ਕਿੱਥੇ ਕਿੱਥੇ ਖੇਡੇ ਆ ਤੁਸੀਂ ਜੀ? ਵੱਡੇ ਜੀ ਇੱਕ ਤਾਂ ਰਾਈ ਖੇਡੇ ਦਿੱਲੀ ਅਤੇ ਬਾਕੀ ਜਿੰਨੇ ਮੈਚ ਹੁੰਦੇ ਜੀ ਸਾਰੇ ਖੇਡੀ ਜਾਂਦੇ ਜੀ, ਛੱਡਦਾ ਨਹੀਂ ਮੈਂ ਕੋਈ ਮੈਚ। ਖੁਰਾਕ ਕੀ ਲੈਂਦੇ ਰਹੇ ਜੀ? ਖੁਰਾਕ ਤਾਂ ਉਦੋਂ ਘਿਓ ਘੂ ਆਮ ਹੁੰਦਾ ਸੀ ਜੀ, ਮੈਂ ਗੱਡਾ ਚਰੀ ਦਾ ਪੁੱਤਰਨਾ ਅਤੇ ਮਾਈ ਨੇ ਕੌਲਾ ਘਿਓ ਦਾ ਭਰ ਦੇਣਾ। ਜਦੋਂ ਬਾਹਰਲੇ ਘਰੇ ਹੁੰਦਾ ਸੀ ਪੁੱਤ ਘਰ ਨੂੰ ਆਈ, ਮੈਂ ਕਿਹਾ ਕੰਮ ਹੋਣਾ ਮਾਈ ਨੂੰ ਕੋਈ ਆ ਕੌਲਾ ਭਰਿਆ ਪੀ ਲਾ, ਮੈਂ ਖਿੱਚ ਕੇ ਅਤੇ ਪੂੰਜ ਪਾਂਝ ਕੇ ਗੁੜ ਖਾ ਕੇ ਅਤੇ 3-4 ਮੀਲ ਨੂੰ ਭਾਈ ਦਵਾਉਣਾ। ਹੁਣ ਵੀ ਵਰਜਿਸ਼ ਵਗੈਰਾ ਕਰਦੇ ਹੋ ਪੂਰੀ? ਹੁਣ ਮੈਂ ਜੀ 3 ਕਿਲੋਮੀਟਰ ਨਾ ਤੁਰ ਕੇ ਕਰਨਾ, ਨਾਲ ਮੇਰੇ ਸਾਈਕਲ ਹੁੰਦਾ ਅਤੇ ਕਿਲੋਮੀਟਰ ਸਾਈਕਲ 'ਤੇ ਜਾਂਦਾ, ਕਿਉਂ ਉਹ ਜਿਹੜੇ ਵਰਕ ਕਰਦੇ ਨਾ ਸਰੀਰ ਉਹ ਰਵਾਂ ਹੋ ਜਾਂਦੇ ਆ। ਮੈਨੂੰ ਕਹਿੰਦੇ ਸਾਈਕਲ ਕਿਉਂ ਲੈਣਾ, ਮੈਂ ਕਿਹਾ ਅੱਜ ਕੱਲ੍ਹ ਮੁੰਡੇ ਟੀਕੇ ਲਾਉਂਦੇ ਆ ਵੀ ਜੇ ਡੋਜ ਘੱਟ ਦਿੰਦੇ ਇੱਕ ਹੋਰ ਲਾ ਲੈਂਦੇ ਆ, ਅਵਲ ਤਾਂ ਫਿਰ ਡੋਜ ਘੱਟਦੀ ਨਹੀਂ, ਜੇ ਘੱਟਣ ਲੱਗੀ ਤਾਂ ਮੈਂ ਸਾਈਕਲ ਦੇ ਉੱਤੇ ਬਹਿ ਜਾਊਂ ਆਪਣੇ ਘਰੇ ਜਾ ਜੀ। ਪਹਿਲਾਂ ਵਾਲੀਆਂ ਕਬੱਡੀ ਅਤੇ ਹੁਣ ਵਾਲੀ ਕਬੱਡੀ 'ਚ ਕੀ ਫਰਕ ਮੰਨਦੇ? ਬਹੁਤ ਫਰਕ ਆ ਜੀ, ਹੁਣ ਤਾਂ ਇੱਕ ਤਾਂ ਟਾਈਮ ਨਹੀਂ ਪੂਰਾ ਮਿਲਦਾ ਜੀ ਖੇਡਣ ਨੂੰ ਉਹਨਾਂ ਨੂੰ, ਅਤੇ ਇੱਕ ਰਲ ਵੀ ਜਾਂਦੇ ਆ ਵੀ ਚੱਲ ਸਾਨੂੰ ਮੈਚ ਦੇ ਦਿਓ ਤੁਸੀਂ, ਐਂ ਇੰਨਾ ਕਰ ਲਾਂਗੇ ਆਪਾਂ। ਅਤੇ ਸਾਡੇ ਵਿੱਚ ਤਾਂ ਛਿੱਤਰ ਛਿੱਤੀ ਹੁੰਦੇ ਸੀ, ਚਾਹੇ ਕੋਈ ਹਰਜੇ ਚਾਹੇ ਕੋਈ ਰਲਦੇ ਨਹੀਂ ਸੀ। ਮੰਨਦੇ ਹੋ ਜਿਹੜੀ ਕਬੱਡੀ ਆ ਹੁਣ ਨਗਾਰ ਵੱਲ ਗਈ ਆ? ਹਾਂਜੀ ਹਾਂਜੀ, ਫਿਰ ਜਿੰਨਾ ਪੈਸਾ ਸਮਾਂ ਦੀ ਉਹਨੇ ਥੱਲੇ ਨੂੰ ਜਾਂਦੇ। ਕੀ ਚਾਹੁੰਦੇ ਕੀ ਹੋ ਤੁਸੀਂ? ਹਾਂਜੀ ਕੀ ਚਾਹੁੰਦੇ, ਕਿਸ ਤਰ੍ਹਾਂ ਦੀ ਖੇਡ ਹੋਣੀ ਚਾਹੀਦੀ ਹੈ?
ਪੁਰਾਣੇ ਖਿਡਾਰੀ ਰਹੇ ਹੋ ਤੁਸੀਂ। ਦੇਖੋ ਜੀ, ਸਾਡੇ ਤਾਂ ਥੱਪੜ ਥੱਪੜ ਵਾਹ ਪੈਂਦੇ ਸੀਗੇ, ਹੈਂਜੀ, ਅਤੇ ਹੁਣ ਤਾਂ ਕਿਸੇ ਦੇ ਧੌਲ ਮਾਰਦੇ ਕਹਿੰਦੇ ਫੌਲ ਕਰ ਦਿੰਦਾ, ਸਾਨੂੰ ਤਾਂ ਸਮਝ ਨਹੀਂ ਹੁਣ ਟੀਮ ਖੇਡਦੀ। ਹੁਣ ਮਧੇ ਵਾਲੇ ਡਿੱਕੇ ਨੇ ਮੇਰੇ ਮਾਰੀ ਸੀ ਧੌਣ 'ਚ ਤਖ਼ਤ ਉੱਪਰੇ, ਅਤੇ ਮੈਨੂੰ ਭੁਪੇਲਾ ਜਿਹਾ ਨਿਕਲਿਆ ਅਤੇ ਉਈ ਮੈਂ ਪਹੁੰਚ ਗਿਆ, ਪਰ ਏਡਾ ਫਿਰ ਵੀ ਪਾਈ ਗਿਆ, ਕਿਉਂ ਜੇ ਦਿਲ ਛੱਡ ਜਾਂਦਾ ਤਾਂ ਆਪੇ ਨਾ ਖੇਡਦਾ। ਮੰਨਦੇ ਵੀ ਪੁਰਾਣੀ ਖੁਰਾਕ ਖਾਧੀ ਹੁਣ ਵੀ ਕੰਮ ਦੇ ਰਹੀ, ਕੰਮ ਦੇ ਜਾਂਦੀ ਹੈ ਜੀ। ਮੈਨੂੰ ਜਿੱਥੇ ਕਹਿ ਦਿੰਦੇ ਸੀ ਟੀਮ ਜਾਂਦੀ ਸੀ ਸਾਡੀ, ਬਈ ਉਹ ਮੁੰਡਾ ਤਕੜਾ, ਮੈਂ ਪਹਿਲਾਂ ਉਹਨੂੰ ਟੱਚ ਕਰਦਾ ਸੀ, ਇੱਥੇ ਵਰੀ ਲੈ ਗਏ ਮੈਨੂੰ, ਅਤੇ ਜਗਰਾਵਾਂ ਤੋਂ ਮੁੰਡਾ ਆਇਆ ਚੁੱਗੇ 'ਚ, ਅਤੇ ਮੈਨੂੰ ਨਾਲ ਦਾ ਕਹਿੰਦਾ ਯਾਰ ਮੈਂ ਵਰਿਆਂ 'ਚ ਖੇਡਣਾ ਸੀ, ਉਹ ਮੁੰਡਾ ਮੈਨੂੰ ਤਕੜਾ ਲੱਗਦਾ। ਮੈਂ ਕਿਹਾ ਤਾਂ ਮੈਂ ਚੈੱਕ ਕਰਿਆ ਹੁਣ, ਉਹ ਮੈਂ ਵਿਚਾਰੇ ਨੂੰ ਹੱਥ ਲਾ ਕੇ ਮੁੰਡਿਆ, ਉਹਨੇ ਕੀ ਤੁਰਨਾ ਕਰਨਾ ਸੀਗਾ। ਮੈਂ ਕਿਹਾ ਡਰੀ ਨਾ, ਤਕੜਾ ਤਕੜਾ ਨਹੀਂ ਕਰ, ਜੇ ਮਿਹਨਤ ਕੀਤੀ ਹੈ ਕੋਈ ਨਹੀਂ ਤਕੜਾ ਜੀ, ਜੇ ਕੰਮ ਨੂੰ ਵੇਖ ਕੇ ਡਰ ਜਾਈਏ ਕੰਮ ਡਰਾਉਂਦਾ, ਜੇ ਉਹਨੂੰ ਪੈ ਜਾਈਏ ਤਾਂ ਆਪੇ ਮੂਹਰੇ ਲੱਗ ਜਾਂਦਾ। ਨਵੇਂ ਖਿਡਾਰੀਆਂ ਨੂੰ ਕੀ ਅਪੀਲ ਕੀ ਕਰੋਗੇ, ਕੀ ਕਹੋਗੇ ਉਹਨਾਂ ਨੂੰ? ਨਵੇਂ ਖਿਡਾਰੀਆਂ ਨੂੰ ਕਹੀਏ ਜੀ, ਇੱਕ ਤਾਂ ਨਸ਼ੇ 'ਤੇ ਪਹੁੰਚੇ ਜੀ, ਇੱਕ ਆਪਦਾ ਸਟੈਮਿਨਾ ਬਣਾਓ ਪੂਰਾ, ਤਾਂ ਕਿ ਬੰਦਾ ਥੱਕੇ ਨਾ, ਹੈਂਜੀ। ਹੁਣ ਮੈਨੂੰ ਕਹਿ ਦਿੰਦੇ ਸੀ ਇਹਨੂੰ ਹੰਭਾ ਲਓ, ਅਤੇ ਉਹ ਆਪੋ ਆਪੇ ਗਾਲੀ ਗਾਲੋ ਵਾਲੀ ਹੋ ਜਾਣਾ, ਬਈ ਇਹ ਤਾਂ ਹੰਭਦਾ ਹੀ ਨਹੀਂ ਗਾ, ਮੇਰਾ ਸਟੈਮਿਨਾ ਇੰਨਾ ਬਣਿਆ ਸੀ। ਕਿਸੇ ਨੇ ਨਾ ਝਾਕੋ, ਆਪਦੇ ਸਰੀਰ ਤਕੜਾ ਕਰੋ ਅਤੇ ਕਾਇਮ ਕਰਕੇ ਜੋੜੋ। ਉੱਥੇ ਬਜ਼ੁਰਗ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਕਿ ਉਹਨਾਂ ਨੂੰ ਆਪਣੇ ਪਿਤਾ 'ਤੇ ਮਾਣ ਹੈ, ਉਹ ਉਹਨਾਂ ਨੂੰ ਆਰਾਮ ਕਰਨ ਲਈ ਵੀ ਕਹਿੰਦੇ ਨੇ, ਪਰ ਉਹ ਆਪਣੇ ਕੰਮ ਵਿੱਚ ਮਸਤ ਨੇ। ਬੇਟੇ ਨੇ ਕਿਹਾ ਕਿ ਸਾਡੇ ਘਰ ਵਿੱਚ ਸਭ ਤੋਂ ਜ਼ਿਆਦਾ ਕੰਮ ਬਾਪੂ ਜੀ ਹੀ ਕਰਦੇ ਨੇ। ਜੀ, ਤੁਹਾਡੇ ਬਾਪ ਬਹੁਤ ਵਧੀਆ ਖੇਡਦੇ ਰਹੇ, ਪਲੇਅਰ ਰਹੇ ਨੇ, ਕੀ ਕਹੋਗੇ ਜੀ ਅਤੇ ਹੁਣ ਦਾ ਕੀ ਹਾਲਾਤ ਹੈ ਜੀ, ਕਿੰਨਾ ਚਿਰ ਖੇਡੇ ਨੇ? ਇਹ ਕਾਫੀ ਟਾਈਮ ਖੇਡਿਆ ਜੀ, ਹੁਣ ਵੀ ਇਹ ਖੁਰਾਕ ਬਹੁਤ ਵਧੀਆ ਖੁਰਾਕ ਹੈ ਇਹਨਾਂ ਦੀ। ਸਾਨੂੰ ਵੀ ਇਹ ਕਹਿੰਦੇ ਆ ਵੀ ਨਸ਼ੇ ਤੋਂ ਬਚ ਕੇ ਰਹੋ, ਮਿਹਨਤ ਕਰੋ, ਦੁੱਧ ਕਿਹੋ ਜੋ ਮਰਜ਼ੀ ਖਾਓ ਪੀਓ, ਬਹੁਤ ਮਿਹਨਤ ਕਰਦੇ ਆ, ਖੇਤ 'ਚ ਕੰਮ ਕਰਦੇ ਆ, ਪੱਠੇ ਵੱਢਦੇ ਆ, ਸਾਰਾ ਕੰਮ ਕਰਦੇ ਆ। ਕਿੰਨੀ ਉਮਰ ਹੈ? 82 ਸਾਲ ਦੇ ਨੇ। ਸਿਹਤ ਹੁਣ ਕਿਵੇਂ ਆਈ? ਸਿਹਤ ਇਹਨਾਂ ਦੀ ਬਿਲਕੁਲ ਠੀਕ ਹੈ ਜੀ, ਤੰਦਰੁਸਤ ਨੇ, ਮਿਹਨਤ ਕਰਦੇ ਆ, ਵਰਜਿਸ਼ ਕਰਦੇ ਆ। ਕਿਹੜੇ ਕਿਹੜੇ ਕੰਮ ਜਿਹੜੇ ਪਹਿਲ ਦੇ ਆਧਾਰ 'ਤੇ ਜਿਹੜੇ ਘਰੇਲੂ ਕਰ? ਬਸ ਆਹੀ, ਸਵੇਰੇ ਉੱਠ ਕੇ ਨਿਤਨੇਮ ਕਰਦੇ ਆ, ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਜਾਂਦੇ ਆ, ਫਿਰ ਖੇਤ ਗੇੜਾ ਮਾਰਦੇ ਆ, ਪੱਠੇ ਵੱਢਦੇ ਆ, ਮੱਝਾਂ ਦਾ ਸਾਰਾ, ਮਤਲਬ ਜੋ ਅਸੀਂ ਵੀ ਨਹੀਂ ਕਰ ਸਕਦੇ ਆਪਦੀ ਮਰਜ਼ੀ ਨਾਲ, ਖੁਸ਼ੀ ਨਾਲ ਕਰਦੇ। ਅਸੀਂ ਇਹਨਾਂ ਨੂੰ ਬਹੁਤ ਰੋਕਦੇ ਹਾਂ ਵੀ ਤੁਸੀਂ ਨਾ ਕੰਮ ਕਰਿਆ ਕਰੋ, ਰੈਸਟ ਕਰੋ, ਕਹਿੰਦੇ ਨਹੀਂ ਮੈਂ ਤੰਦਰੁਸਤ ਰਹੂੰਗਾ। ਮੈਂ ਮਤਲਬ ਮਿਹਨਤ ਕਰਦੇ ਆ ਬਹੁਤ, ਜਿਹੜੇ ਹੁਣ ਤੱਕ ਇਨਾਮ ਜਿੱਤ ਕੇ ਲਿਆਏ ਨੇ, ਤੁਹਾਨੂੰ ਮਾਣ ਆਵੇ ਉਹਨਾਂ 'ਤੇ ਵੀ, ਸਾਡੇ ਵਾਸਤੇ ਵੀ, ਪਰਿਵਾਰ ਵਾਸਤੇ ਵਧੀਆ ਖੇਡ? ਹਾਂਜੀ ਹਾਂਜੀ, 100 ਤੋਂ ਜ਼ਿਆਦਾ ਸ਼ੀਲਡ ਆ ਸਾਹਮਣੇ ਤੁਹਾਡੇ ਪਈ ਆ, ਇਹਨਾਂ ਨੂੰ ਮਿਲੀ ਹੋਈ ਆ, ਹੁਣ ਵੀ ਲੋਕ ਬਹੁਤ ਮਾਣ ਸਨਮਾਨ ਕਰਦੇ ਆ, ਸਾਨੂੰ ਮਾਣ ਆ ਇਸ ਚੀਜ਼ ਦਾ। ਦੇਖੋ ਜੀ, ਮੇਰੇ ਚਾਚਾ ਜੀ ਆਪਣੇ ਸਮੇਂ ਦੇ ਬਹੁਤ ਤਕੜੇ ਪਲੇਅਰ ਰਹੇ ਨੇ, ਇਹ ਆਪਣੀ ਮਿਹਨਤ ਦੀ ਬਦੌਲਤ, ਜਿਵੇਂ ਇਹਨਾਂ ਨੇ ਮਿਹਨਤ ਕੀਤੀ ਹੈ, ਪੁਰਾਣੀਆਂ ਖੁਰਾਕਾਂ ਮਿਹਨਤ, ਉਹਦੇ ਜਿਹੜੇ ਅੱਜ ਕੱਲ੍ਹ ਦੇ ਮੁੰਡੇ ਆ ਉਹ ਨਾ ਤਾਂ ਮਿਹਨਤ ਕਰਦੇ ਆ, ਨਾ ਹੀ ਉਹ ਇੰਨੀ ਖੁਰਾਕ ਹੈਗੀ ਹੈ। ਔਰ ਜਿਹੜੀ ਸਾਨੂੰ ਇਹਨਾਂ 'ਤੇ ਮਾਣ ਆ ਵੀ ਇਹਨਾਂ ਨੇ ਆਪਣੇ ਸਮੇਂ ਦੇ ਵਿੱਚ ਸਾਡੇ ਪਰਿਵਾਰ ਦਾ ਔਰ ਇਲਾਕੇ ਦਾ ਨਾਂ ਰੋਸ਼ਨ ਕੀਤਾ, ਸਾਨੂੰ ਅਸੀਂ ਇਹਨਾਂ 'ਤੇ ਫਖਰ ਮਹਿਸੂਸ ਕਰਦੇ ਹਾਂ। ਕਿੰਨਾ ਚਿਰ ਕਬੱਡੀ ਖੇਡੀ ਹੈ? ਮੇਰੇ ਚਾਚੇ ਨੇ ਲਗਭਗ 20 ਸਾਲ ਕਬੱਡੀ ਖੇਡੀ ਹੈ, ਔਰ ਵਧੀਆ ਤਰੀਕੇ ਨਾਲ 20 ਸਾਲ ਐਨ ਪੂਰਾ ਐਨ ਤਕੜੇ ਤਰੀਕੇ ਨਾਲ ਕਬੱਡੀ ਖੇਡੀ, ਉਹਦਾ ਨਾਲ ਤਾਂ ਹੋਣਾ ਹੀ ਹੈ। ਅੱਜ ਕੱਲ੍ਹ ਕਿਸ ਤਰ੍ਹਾਂ ਦੇ? ਹਾਂ, ਅੱਜ ਕੱਲ੍ਹ ਚਾਚਾ ਜੀ ਮੇਰੇ ਬੜੇ ਰੈਸਟ ਪੋਸਟਰ ਹੈਗੇ ਨੇ, ਉਹ ਆਪਣੀ ਮਿਹਨਤ ਜਿਹੜੀ ਉਹ ਸਿਰਫ ਉਹ ਇਹ ਕੋਈ ਮਜ਼ਬੂਰੀ ਨਹੀਂ ਉਹਨਾਂ ਨੇ ਕੰਮ ਕਰਨਾ, ਉਹ ਆਪਣੇ ਸਰੀਰ ਨੂੰ ਫਿੱਟ ਰੱਖਣ ਵਾਸਤੇ ਵੀ ਇਹ ਵਧੀਆ ਚੱਲਦਾ ਫਿਰਦਾ ਰਹੇ, ਉਹਦੇ ਵਾਸਤੇ ਜਿਹੜਾ ਇਹ ਘਰੇਲੂ ਕੰਮ ਪੱਠੇ ਕੁਤਰ ਲਏ, ਹੋਰ ਖੇਤ ਦਾ ਕੰਮ ਕਰ ਲਿਆ, ਕੋਈ ਇਹ ਇਹਨਾਂ ਨੂੰ ਬੰਦ 'ਚ ਨਹੀਂ ਹੈਗੀ, ਇਹਨਾਂ ਨੇ ਇਹ ਕੰਮ ਕਰਨਾ।
ਬਟ ਇਹ ਆਪਦੇ ਸਰੀਰ ਨੂੰ ਫਿੱਟ ਰੱਖਣ ਵਾਸਤੇ ਇਹ ਜਿਹੜੀ ਇਹ ਮਿਹਨਤ ਇਹਨਾਂ ਨੇ ਆਪਦੀ ਰੱਖੀ ਹੋਈ ਹੈ ਵੀ ਸਰੀਰ ਨੂੰ ਕੋਈ ਬਿਮਾਰੀ ਨਾ ਲੱਗੇ, ਨਾਲ ਉਹਦੇ ਨਾਲ ਖੁਰਾਕ ਵੀ ਬਚ ਜਾਂਦੀ ਹੈ। ਇਸ ਕਰਕੇ ਲਗਾਤਾਰ ਆਪਣੇ ਜਿਹੜਾ ਸੁਬਹਾ ਨਿਤਨੇਮ ਕਰਨਾ ਔਰ ਆਪਣੇ ਹੋਰ ਜਿਹੜੇ ਆ ਰੋਜ਼ਮਰਾ ਦੇ ਕੰਮ ਨਵੇਂ ਵੀ ਲਾ ਲੋ ਸਾਡਾ ਫਰਜ਼ ਆ ਲਿਖਣ ਦਾ। ਤੇ ਮੈਂ ਉੱਥੇ ਇੱਕ ਸੋਚਿਆ ਯਾਰ ਵੀ ਜਿਹੜੇ ਪੁਰਾਣੇ ਪਲੇਅਰ ਆ ਧਰੰਤਰ ਹੋਏ ਆ ਕਬੱਡੀ ਦੇ, ਬੜੀ ਤਗੜੀ ਕਬੱਡੀ ਖੇਡੀ ਆ, ਉਹਨਾਂ ਨੂੰ ਵੀ ਸਾਹਮਣਾ ਸਾਡਾ ਫਰਜ਼ ਆ, ਇੱਕ ਲੇਖਕ ਦਾ ਫਰਜ਼ ਆ, ਉਹਨਾਂ ਨੂੰ ਕਲਮਬੰਦ ਕੀਤਾ ਜਾਵੇ ਅਖਬਾਰ ਜ਼ਰੀਏ ਜਾਂ ਕਿਤਾਬਾਂ ਜ਼ਰੀਏ। ਅਤੇ ਮੈਂ ਇੱਕ ਕਿਤਾਬ ਸ਼ੁਰੂ ਕੀਤੀ ਸੀ ਧਰੰਤਰ ਯੋਧੇ, ਉਹ ਲੜੀ ਸੀਗੀ ਪੁਰਾਣੇ ਬਜ਼ੁਰਗਾਂ ਦੀ ਜਿਹੜੇ ਬਹੁਤ ਤਗੜੀ ਕਬੱਡੀ ਖੇਡੇ ਆ। ਉਹ ਫਿਰ ਸਾਡੇ ਤਾਂ ਗਵਾਂਢੀ ਆ ਮੋਗੇ ਇਲਾਕੇ ਦੇ ਧੱਲੇ ਕਾਲਾ, ਮੈਂ ਤਾਂ ਕੌਣ ਨਹੀਂ ਜਾਣਦਾ। ਅਤੇ ਮੈਂ ਬਾਬਾ ਜੀ ਕੋਲ ਆਇਆ, ਇਹਨਾਂ ਦੀ ਫਿਰ ਜੀਵਨੀ ਲਿਖੀ ਕੈਨੇਡਾ ਅਮਰੀਕਾ ਦੇ ਅਖਬਾਰਾਂ ਦੇ ਵਿੱਚ, ਲੋਕਾਂ ਨੇ ਬੜੀ ਪਸੰਦ ਕੀਤੀ। ਉਸ ਤੋਂ ਬਾਅਦ ਤੁਹਾਡੇ ਚੈਨਲ ਜਰ ਕੇ ਬਾਬਾ ਜੀ ਪੂਰੀ ਵਰਲਡ ਵਿੱਚ ਆ ਗਏ, ਅਤੇ ਡੇਲੀ ਪੋਸਟ ਦਾ ਧੰਨਵਾਦ ਜਿਹਨਾਂ ਨੇ ਸਾਡੇ ਇਲਾਕੇ ਦਾ ਮਾਣ ਆ, ਮਹਿਤਾ ਦਾ ਲੇਖਣਾ ਬੜਾ ਮਤਲਬ ਅੱਜ ਉਹਨਾਂ ਨੇ ਉਹਨਾਂ ਨੂੰ ਉਸ ਥਾਂ ਤੋਂ ਉਹਨਾਂ ਨੂੰ ਖੁਸ਼ੀ ਹੁੰਦੀ ਆ ਕਿ ਯਾਰ ਅਸੀਂ ਜਿੰਨਾ ਖੇਡੇ ਸੀ ਉਹਨਾਂ ਦਾ ਮੁੱਲ ਨਹੀਂ ਪਿਆ ਗਾ। ਸਰਕਾਰਾਂ ਨੇ ਵੀ ਬਹੁਤਾ ਨਹੀਂ ਮੁੱਲ ਪਾਇਆ ਗਾ, ਇਹ ਬਾਬਾ ਜੀ ਨੂੰ ਅੱਜ ਤੱਕ ਸਰਕਾਰਾਂ ਨੇ ਵੀ ਕੋਈ ਬਹੁਤੀ ਹੈਲਪ ਨਹੀਂ ਕੀਤੀ ਬਾਬਾ ਜੀ ਦੀ, ਪਰ ਸਾਡੇ ਅਸੀਂ ਲਿਖਿਆ ਤਾਂ ਉਹਦੇ ਬਾਅਦ ਤੁਹਾਡੇ ਚੈਨਲਾਂ ਦੇ ਜ਼ਰੀਏ ਬਾਬਾ ਜੀ ਅੱਜ ਘਰ ਘਰ ਵਿੱਚ ਜਿਹਨਾਂ ਲੋਕਾਂ ਦੇ ਪ੍ਰੇਮੀ ਆ, ਖੇਡ ਪ੍ਰੇਮੀ ਆ, ਦਿਲਾਂ 'ਚ ਵੱਸ ਗਏ ਨੇ। ਕੀ ਤੁਹਾਨੂੰ ਕੀ ਲੱਗਦਾ ਵੀ ਇਹਨਾਂ ਵਾਸਤੇ ਕੀ ਚਾਹੀਦਾ? ਕੀ ਸਰਕਾਰ ਨੂੰ ਜਿਵੇਂ ਹੁਣ ਸਰਕਾਰ ਨੇ ਮਹਾਰਾਜੀ ਸਿੰਘ ਅਵਾਰਡ ਪੁਰਾਣੇ ਪਲੇਅਰਾਂ ਨੂੰ ਦੇਣਾ ਚਾਹਿਆ ਵੀ ਸੋਚਿਆ ਵੀ ਇਹਨੂੰ ਲੱਭ ਕੇ ਇਹਨਾਂ ਨੂੰ ਵੀ ਬਣਦਾ, ਇਹਨਾਂ ਤੱਕ ਵੀ ਪਹੁੰਚ ਸਰਕਾਰ ਨੂੰ ਕਰਨੀ ਚਾਹੀਦੀ, ਇਹਨੂੰ ਜੇ ਬਣਦਾ ਮਾਣ ਸਰਕਾਰ ਦੇਣਾ ਚਾਹੀਦਾ। ਅਤੇ ਮੇਰਾ ਤਾਂ ਇਹੀ ਆ ਵੀ ਚਲੋ ਜਿੰਨੀ ਅੱਜ ਕੱਲ੍ਹ ਸਾਰੇ ਇੱਕ ਡਾਇਲੋਗ ਜ਼ਰੂਰ ਪੁੱਛਦੇ ਨੇ ਕਿ ਹਾਊ ਇਜ਼ ਦਾ ਜੋਸ਼, ਤਾਂ ਜਿਸ ਨੂੰ ਪਤਾ ਕਰਨਾ ਹੋਵੇ ਤਾਂ ਮਹਿਲ ਸਿੰਘ ਨੂੰ ਵੇਖ ਲਵੇ, ਆਪੇ ਪਤਾ ਚੱਲ ਜਾਵੇਗਾ, ਜਿਨ੍ਹਾਂ ਨੇ ਸਾਬਿਤ ਕਰ ਦਿੱਤਾ ਕਿ ਮਿਹਨਤ ਤੇ ਲਗਨ ਨਾਲ ਕਿਵੇਂ ਤੰਦਰੁਸਤ ਰਿਹਾ ਜਾ ਸਕਦਾ ਹੈ। ਮੋਗਾ ਤੋਂ ਜੋਗਿੰਦਰ ਸਿੰਘ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਤਾਂ ਜਨਵਰੀ 2020 ਦੇ ਦਾਖਲੇ ਖੁੱਲ੍ਹ ਚੁੱਕੇ ਹਨ। ਯੂਨੋ SDS, non-SDS, ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।